ਇੱਕ ਸਵਾਲ ਜਿਹੜਾ ਸਾਡੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਸੈਲਫ ਇੰਪਲੋਇਡ ਹੈ, ਜਿਹੜਾ ਖਾਣੇ ਪੀਣ 'ਤੇ ਮੇਰਾ ਖਰਚਾ ਹੁੰਦਾ ਹੈ, ਕੀ ਉਹ ਮੇਰਾ ਬਿਜ਼ਨਸ ਐਕਸਪੈਂਸ ਹੋਏਗਾ? ਜਵਾਬ ਇਸਦਾ ਇਹ ਹੈ ਕਿ ਅਗਰ ਇਹ ਖਰਚਾ ਤੁਹਾਡਾ ਸਿਰਫ ਬਿਜ਼ਨਸ ਦੇ ਪਰਪਜ਼ ਵਾਸਤੇ ਸੀ ਤਾਂ ਬਿਲਕੁਲ ਇਹ ਤੁਹਾਡਾ ਬਿਜ਼ਨਸ ਐਕਸਪੈਂਸ ਹੈ। ਮਿਸਾਲ ਇਸਦੀ ਇਹ ਹੈ ਕਿ ਤੁਸੀਂ ਨੋਰਮਲੀ ਲੰਡਨ 'ਚ ਕੰਮ ਕਰ ਰਹੇ ਹੋ, ਬਰਮਿੰਗਮ 'ਚ ਕੰਮ ਕਰ ਰਹੇ ਹੋ, ਤੁਹਾਨੂੰ ਆਪਣੇ ਬਿਜ਼ਨਸ ਦੇ ਟਰੈਵਲ ਵਾਸਤੇ ਕਿਸੇ ਕੰਮ ਲੰਡਨ ਜਾਣਾ ਪੈਂਦਾ, ਦੂਏ ਸ਼ਹਿਰ ਜਾਣਾ ਪੈਂਦਾ, ਤੁਸੀਂ ਰਾਹ 'ਚ ਖਾਣਾ ਪੀਣਾ ਯੂਜ਼ ਕਰਦੇ ਹੋ, ਜਾਂ ਤੁਸੀਂ ਮਾਰਕੀਟਿੰਗ ਵਾਸਤੇ ਕਲਾਇੰਟ ਨਾਲ ਮੀਟਿੰਗ ਕਰ ਰਹੇ ਹੋ, ਉਹ ਜਿਹੜਾ ਤੁਹਾਡਾ ਖਰਚਾ ਹੋ ਗਿਆ, ਜਾਂ ਤੁਸੀਂ ਕਿਸੇ ਟ੍ਰੇਨਿੰਗ ਕੋਰਸ 'ਤੇ ਹੋ, ਜਾਂ ਤੁਸੀਂ ਮੀਟਿੰਗ ਵਾਸਤੇ ਲੰਡਨ ਗਏ ਹੋ ਅਤੇ ਤੁਸੀਂ ਹੋਟਲ 'ਚ ਰਹਿਣਾ ਪਿਆ, ਤੁਹਾਨੂੰ ਇਹ ਜਿਹੜਾ ਖਰਚਾ ਹੈ ਸਿਰਫ ਬਿਜ਼ਨਸ ਵਾਸਤੇ ਹੈ, ਅਤੇ ਯਕੀਨਨ ਹੈ ਤੁਹਾਡੇ ਬਿਜ਼ਨਸ ਦੇ ਖਰਚੇ ਸ਼ੁਮਾਰ ਹੋਏਗਾ। ਇਟ ਹੈਜ਼ ਟੂ ਬੀ ਹੋਲੀ ਐਂਡ ਐਕਸਕਲੂਸਿਵਲੀ ਫੋਰ ਦਾ ਪਰਪਜ਼ ਔਫ ਬਿਜ਼ਨਸ। ਅਗਰ ਇਸ ਪਾਰਟ ਤੁਹਾਡਾ ਜ਼ਾਤੀ ਖਰਚਾ ਹੈ, ਪਾਰਟ ਤੁਹਾਡੇ ਬਿਜ਼ਨਸ ਵਾਸਤੇ, ਤਾਂ ਫਿਰ ਉਹਨੂੰ ਅਕੋਰਡਿੰਗਲੀ ਅਪੋਰਸ਼ਨ ਕੀਤਾ ਜਾਏਗਾ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਆਪਣੇ ਰਿਕਾਰਡਸ ਰੱਖਣੇ ਨੇ, ਰਸੀਦਾਂ ਰੱਖੀਆਂ ਨੇ, ਸਾਕੇ ਬਾਕੀ ਸਾਰੇ ਰਿਕਾਰਡਸ ਰੱਖਣੇ ਨੇ, ਤਾਂ ਕਿ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰੋ ਤਾਂ ਉਸ ਨਾਲ ਇਹ ਰਿਕਾਰਡਸ ਐਂਡ ਡਾਕੂਮੈਂਟਸ ਅਵੇਲੇਬਲ ਹੋਣ। ਮਜ਼ੀਦ ਮਾਲੂਮਾਤ ਵਾਸਤੇ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।